ਓ ਕੁੜੀਓ ਓ ਕੁੜੀਓ, ਇੱਥੇ ਬੜੀਆਂ ਹੋਈਆਂ ਗੱਲਾਂ ਕਰਨੀਆਂ ਜੋ ਓ ਕੁੜੀਓ, ਬਾਹਰ ਬੱਦਲ ਆ ਜਾਈਏ, ਸਾਰਾ ਕੁਛ ਜੀ ਆਈਏ, ਉਹ ਮੰਜੀਆਂ ਬਿਸਤਰੇ ਕੋਠੇ ਪਰ ਸਿੱਜੀ ਆਈਏ, ਤੁਸਾਂ ਇੱਥੇ ਲੱਗੀਆਂ ਹੋਈਆਂ ਮੋਬਾਈਲਾਂ ਨਾਲ, ਉਹ ਨਿਕਲੋ ਬਾਹਰ, ਇਸਨੇ ਮੂੰਹਾਂ ਵਿੱਚ ਮੂਤਰੋ, ਉਹ ਇੱਧਰ ਅੱਛੋ, ਉੱਠੋ, ਉਹ ਬਿਸਤਰੇ ਸ਼ਿਸਤਰੇ ਚਾਹੋ, ਸਾਰੇ ਬਿਸਤਰੇ ਸਿੱਜੀਏ। ਅਸਾਂ ਕਿਵੇਂ ਦਿਸਣਾ, ਬਾਰਿਸ਼ ਬਾਹਰ ਆਈ ਨਹੀਂ, ਅਸਾਂ ਕੜਾ ਕੋ ਨਹੀਂ ਆਈਆਂ, ਤਾਂ ਜੇ ਤਾਂ ਲਵਾਈ ਕਿਨੋ ਬਿਸਤਰੇ, ਅਸਾਂ ਨੇ ਤਾਂ ਨਹੀਂ ਸਿੱਜਣੇ, ਤੁਸਾਂ ਨਹੀਂ ਸਿੱਜਣੇ, ਤੁਸਾਂ ਕੀ ਕੋਠੇ ਪਰ ਚੜ੍ਹੀ ਦਾ ਸੇਨੇ ਨਾਲ ਸ਼ੌਕ ਹੋਣਾ ਬੁੱਢਿਆ ਬਾਰ ਹੈ, ਤਾਂ ਲਵਾਈ ਤਾਂ ਅੱਛਿਆ ਕਰੋ ਨਾ ਬਿਸਤਰਾ ਥੱਲੇ, ਬੰਦਾ ਉਹਨਾਂ ਜਿਹੜਾ ਥੱਲੇ ਇਸ਼ਨਾ ਦਾ ਨਾਲ ਬਿਸਤਰਾ ਤਾਂ ਮੰਜੀ ਚਾਹੀ ਕਿ ਨਹੀਂ ਇਸ਼ਨਾ, ਅੱਟੇ ਘੱਟੇ ਹੋ ਖਾਣੇ ਦਾ ਬਦਲ ਚੰਗੇ ਭਲੇ ਹੋ, ਤੁਸੀਂ ਬਿਸਤਰੇ ਨਹੀਂ ਲਵਾਉਣ ਉਹਨੇ ਥੱਲੇ, ਐਵੇਂ ਨਾ ਹੁਕਮ ਚ ਲਿਆ ਕਰੋ ਅੱਛੀ ਦਾ, ਉਹ ਕੁੜੀਓ ਮੋਬਾਈਲਾਂ ਨਾਲ ਲੱਗੀਆਂ ਨਹੀਂ ਆਈ ਯੋ। ਅੱਬਾ ਮਾੜੀ ਸੁਣੋ ਗੱਲ, ਠੀਕ ਹੈ ਨਾ, ਅਸਾਂ ਤੁਸਾਂ ਦੀਆਂ ਨੂੰਹਾਂ, ਕੋਈ ਤੁਸਾਂ ਦੀਆਂ ਧੀਆਂ ਨਾ, ਜੇ ਤੁਸਾਂ ਨੇ ਰੋਲੇ ਬਰਦਾਸ਼ਤ ਕਰ ਸਾਂ, ਤਾਂ ਦੂਜੀ ਗੱਲ ਇਹ ਜਾ ਕੇ ਇਸ ਤਰ੍ਹਾਂ ਚੀਜ਼ ਚਿਲਕਿਆ ਨਾ ਕਰੋ, ਐਵੇਂ ਲੇਟੀਆਂ ਨਹੀਂ ਆਉਣੀਆਂ, ਤੁਸਾਂ ਨਹੀਂ ਨਾ ਸਿੱਧੇ ਅੰਦਰ ਅੱਛੇ ਸ਼ੋਰ ਬਾਣ ਲਈ ਪੈਣੀ ਹੋ, ਇਸ ਤਰ੍ਹਾਂ ਨਾ ਅੱਛੀ ਸ਼ੋਰ ਬਾਇਆ ਕਰੋ, ਤਾਂ ਰਹੀ ਬਿਸਤਰੀਆਂ ਦੀ ਗੱਲ ਤਾਂ ਆਖਸਾਂ ਕੁਛ ਆਖੀ, ਸੁਫੀਆਨ ਸੁਫੀਆਨ, ਜੇ ਛੱਤਾਂ ਦੇ ਉੱਪਰ ਚਾਹੀਦਾ ਬਿਸਤਰੇ ਲਵਾਈ ਤਾਂ ਆਉਣੀਆਂ, ਤਾਂ ਸਾਡੇ ਸਿਰਾਂ ਪਰ ਤਾਂ ਤਾਂ ਪਈ ਰਹੀ ਸੀਗੀ, ਮੰਦੇ ਹਾਲਾਤ ਫਸੀ ਗਈਆਂ, ਜਾ ਚਾਹੀਦਾ ਬਿਸਤਰੇ ਲਵਾਈ ਤਾਂ ਆਉਣ ਛੱਤਾਂ ਦੇ ਉੱਪਰੋਂ। ਚਲੋ ਜੀ, ਗਲਤੀ ਹੋਈ ਹੈ, ਮੈਂ ਆਪੇ ਲਵਾਈ ਕਿੰਨਾ ਆ, ਚਲੋ ਮਾੜਾ ਪੁੱਤਰ ਤੁਸੀਂ ਦੋਏ ਗੁੱਸਾ ਨਾ ਕਰੋ, ਮੈਂ ਆਪੇ ਗੁੱਸਾ ਤਰੀਕੇ ਨਾਲ ਲਵਾਈ ਕਿੰਨ ਸੌਖਿਆ ਸੋ। ਕੁੜੀਏ ਅੰਸ਼ਾ, ਉਹ ਕੁੜੀਏ ਅਨੀਸ਼ਾ, ਉਹ ਕੁੜੀਓ ਮਿਗੀ ਰੋਟੀ ਦਿਓ ਨਾ ਕੁੜੀਓ, ਇਹ ਟਾਈਮ ਹੋਈ ਗਿਆ, ਤੁਸੀਂ ਰੋਟੀ ਕੋਈ ਨਾ ਦੇਣੀ ਆ, ਕੁਥਾਈਓ ਉਹ ਕੁੜੀਏ ਰੋਟੀ ਦੇ ਛੋੜੋ ਨਾ, ਧੜੇ ਨਾ ਬੱਦਲ ਹੋਣਾ ਤਾਂ 6 ਧੜੇ ਗੰਦ ਪਾਈ ਤਾਂ ਜਾਣਾ, ਠੀਕ ਸਬਰ ਕਰੀ ਜਾਓ, ਪਕਾਏ ਤਾਂ ਦੇਣੀਆਂ ਹੀ ਆ, ਤੁਸੀਂ ਜਿਸ ਤਰ੍ਹਾਂ ਨੀ ਬਾਹਰ ਬੱਦਲ ਆਇਆ ਤਾਂ ਸਾਰੇ ਵਿਹੜੇ ਵਿੱਚ ਗੰਦ ਹੀ ਗੰਦ ਪਈ ਆ, ਹਨੇਰੀ ਦਾ ਤੂਫਾਨ ਆਇਆ, ਤਾਂ ਬੇੜੇ ਵਿੱਚ ਗੰਦ ਪਿਆ ਵਾ, ਉਹਨੇ ਕੋਈ ਮਹਿਮਾਨ ਅਸ਼ਨਾ ਉਸ ਤਾਂ ਫਿਰ ਆਖਸੋ ਮੜੀਆਂ ਨੂੰਹਾਂ ਗੰਦੀਆਂ ਸੁੱਤੀਆਂ ਰਹਿਣੀਆਂ, ਫਿਰ ਉਹਨਾਂ ਨਾਲ ਉੱਠੀਆ ਮਸਕੇ ਲਾਉਣ ਲਈ ਪੈਸੋ, ਤੁਸੀਂ ਤਾਂ ਬੂਹ ਭੈੜੇ ਹੋ, ਸਬਰ ਕਰੀ ਜਾਓ, ਪਕਾਈ ਦੇਣੀਆਂ ਹੀ ਆ। ਮੈਂ ਤਾਂ ਲੈਟਰੀਨ ਕੁਛ ਰਹਾਣੇ ਧੋਈ ਤਾਂ ਆਈ ਨਹੀਂ, ਇੰਨਾ ਕਿ ਜੇ ਤਾਂ ਆਖਿਆ ਕਰ ਲੈਟਰੀਨਿਆਂ ਵੀ ਜਾਣੇ ਹੋਣੇ ਨਾ, ਤਾਂ ਪਾਣੀ ਜ਼ਿਆਦਾ ਪਾਇਆ ਕਰ, ਇਹ ਨਾ ਮੈਂ ਇਹ ਆਖਸਨ ਕੇ ਜਿਹੜਾ ਨਾ ਤੱਕੋ ਜੀ, ਮਿਗੀ ਉੱਠੀ ਦਾ ਬੇਇੱਜ਼ਤ ਕਰਨੀ ਆ ਦੋਏ, ਤਾਂ ਫਿਰ ਲੋਕਾਂ ਕੀ ਆਣੇ ਨਹੀਂ ਆਏ, ਤਾਂ ਇੱਕ ਘਰੋਂ ਦੋਏ ਭੈਣਾਂ ਨਹੀਂ ਕਰਨੀਆਂ ਚਾਹੀਦੀਆਂ, ਹੈ ਤਾਂ ਬੇਇੱਜ਼ਤ ਕਰਨੀਆਂ ਤਾਂ ਜ਼ਲੀਲ ਕਰਨੀਆਂ, ਹੈ ਦੋਏ ਕਰੀ ਤਾਂ ਕੀ ਨਹੀਂ, ਤਾਂ ਆਇਆ ਠੀਕ ਆ, ਤਾਂ ਦੋਏ ਪੌੜੀ ਤਾਂ ਮਾੜੀ ਬੇਇੱਜ਼ਤੀ ਕਰਨੀਆਂ, ਨਹੀਂ ਮਾੜੀ ਗੱਲ ਸੁਣ, ਅੱਜ ਤੁਹਾਡੀ ਇਹਨਾਂ ਨੇ ਬੇਇੱਜ਼ਤੀ ਕਿਹੜੀ ਕੀਤੀ, ਅਸਾਂ ਇਹਨਾਂ ਕੀ ਬੰਦਾ ਜੇ ਤਾਂ ਪੁੱਛਿਆ ਨਾ ਲੋਕਾਂ ਕੀ ਜੇ ਤਾਂ ਕਸਦੇ ਆਖ ਨੇ, ਤਾਂ ਕਸਦੇ ਕਰੀ ਤਾਂ ਦੱਸ ਜੇ ਦੋਵਾਂ ਭੈਣੇ, ਜੇ ਤੁਸਾਂ ਕਿਤਨਾ ਮਸਲਾ ਦੋਵਾਂ ਭੈਣਾਂ ਕੋਲੋਂ, ਤਾਂ ਤੁਸਾਂ ਅਗਲੇ ਅਸਾਂ ਨੇ ਤੁਹਾਨੂੰ ਦਿਓ ਤਲਾਕਾਂ ਨੇ ਕਾਗਜ਼, ਅਸਾਂ ਆਪਣੇ ਘਰ ਜਿਹੇ ਨਹੀਂ ਸੀ, ਅਗਲੇ ਨੇ ਵਾਲਾ ਕਰੀ ਛੱਡੋ, ਹੈ ਇਹ ਬੁੱਢੇ ਹੋਈ ਗਏ ਹੁਣ, ਤਾਂ ਸੱਸ ਸਾਡੀ ਮਰੀ ਗਈ ਸੀ, ਇਹ ਸਾਡੇ ਸਿਰਾਂ ਪਰ ਮੁਸੱਲਤ ਕਰੀ ਗਏ ਸਨ, ਅਜ਼ਾਬ ਸਾਡੇ ਸਿਰਾਂ ਨੇ ਉੱਪਰ ਬਾਈ ਗਏ ਸਨ, ਤਾਂ ਇਹ ਬਾਬਾ ਪੁੱਠੀਆਂ ਪੁੱਠੀਆਂ ਗੱਲਾਂ ਕਰਨਾ ਮੀਂਹ ਕਸਮੇ ਬੜਾ ਗੁੱਸਾ ਚੜਨਾ, ਛੋੜੇ ਸਮਰੇ ਕਰਨ ਦੇਸ ਕਿਸ਼ਵਰ ਆਹ ਮੀਗੀ ਵੀ ਪਾਉਣੀ ਸੀ, ਕਿਸ਼ਵਰ ਆਣੀ ਸੀ ਹਾਈਆਂ ਜਿਹੀਆਂ ਗੱਲਾਂ ਪਾਉਣਾ ਸਾ, ਮੈਂ ਹਾਲਾ ਕਰਨ ਦੇਸ ਕਿਤਨੀ ਦੇਰ ਜੀ ਸੀ ਤਾਂ ਕਿਤਨੀ ਦੇਰ ਕਰ ਸੀ, ਕਰਨ ਦੇਸ ਇਹਨਾਂ ਦੀਆਂ ਆਦਤਾਂ ਹੀ ਆ ਜਨ, ਇਹਨਾਂ ਨੇ ਵਤੀਰੇ ਹੀ ਆ ਜਨ, ਇੱਕ ਪਾਸੋਂ ਖਾਣੇ ਦਾ ਦੂਏ ਪਾਸੋਂ ਲੋਕਾਂ ਦੀਆਂ ਗੱਲਾਂ ਕਰਨੇ, ਉਹ ਕੁੜੀਓ ਇਹੇ ਮਾੜੇ ਕੱਪੜੇ ਧੋਈ ਛੋੜੋ, ਕੱਲ੍ਹ ਜੁੰਮਾ ਆ, ਤਾਂ ਕੱਲ੍ਹ ਮੈਂ ਜੁੰਮੇ ਨੇ ਨਮਾਜ਼ ਪੜ੍ਹਨ ਵਾਸਤੇ ਜਾ ਸਾਂ, ਤਾਂ ਇਹ ਕੱਪੜੇ ਧੋਈ ਛੋੜੋ, ਤਾਂ ਜਿਹੜਾ ਆ ਨਾ ਇਹ ਮਾੜੇ ਕੋਲ ਕੱਪੜੇ ਲਾਉਣੇ ਵਾਸਤੇ ਕੋਈ ਨਹੀਂ, ਤਾਂ ਅਨੋ ਇਹ ਸੂਟ ਮਾੜਾ ਧੋਈ ਛੋੜੋ, ਮੈਂ ਕੋਈ ਨਾ ਵੇਲੀ, ਮੈਂ ਤੁਸਾਂ ਕਿ ਦਿਸਣਾ ਨਹੀਂ ਬੱਚੀ ਖਾਣੇ ਵਿੱਚ ਹੰਡੀ ਰੋਟੀ ਕਰਾਂ, ਕੁੜੀਆਂ ਮੁੰਡੇ ਸਕੂਲੋਂ ਅਛਨੇ ਹੋ ਸਨ, ਉੱਪਰੋਂ ਤੁਸਾਂ ਵੀ ਰੋਟੀ ਵਾਸਤੇ ਰਿਵਾਜ਼ ਪਟਾਸ ਪਿਆ ਨਾ, ਹੁਣ ਮੈਂ ਕੱਪੜੇ ਧੋਵਾਂਗਾ, ਮੈਂ ਤੁਸਾਂ ਨੇ ਜਿਹੜਾ ਰੋਟੀਆਂ ਪਕਾਈ ਪਕਾਈ ਦਾ ਦਿਆਂ, ਮੈਂ ਕੋਈ ਨਾ ਵੇਲੀ, ਅੰਸ਼ਾ ਕੀ ਪੁੱਛੀ ਕਿ ਜੇ ਧੋਈ ਦੇਣੀ ਹੈ ਤਾਂ ਠੀਕ, ਅਬਲ ਉਹ ਵੀ ਕੋਈ ਨਹੀਂ ਵੇਲੀ, ਅਸਾਂ ਕੋਈ ਨਾ ਵੇਲੀਆਂ, ਅਤਾ ਬੰਦਾ ਫਟਾਫਟ ਜਿਹੜਾ ਨਹਾਉਣੇ ਤਾਂ ਜਾਣਾ ਸਰਫਿਆ ਵੀ ਸੱਟੀ, ਤਾਂ ਬੰਦਾ ਧੋਈ ਕਿੰਨਾ ਨਾ ਫਟਾਫਟ, ਤਾਂ ਕਿਹੜਾ ਕੋਈ ਦੇਰ ਲੱਗਣੀ, ਖਾਲੀ ਮਲੀ ਛੜਿਆ ਕਰੋ, ਨਾਲ ਤੁਸਾਂ ਨੇ ਕੱਪੜੇ ਤਾਂ ਇਤਨੇ ਮੈਲੂ ਨਾਲ ਭਰੇ ਹੋਏ ਨੇ, ਕਾਲੂ ਤੁਸਾਂ ਨੇ ਮੈਲੂ ਨਾਲ ਭਰੇ ਹੋਏ ਨੇ, ਕੋਈ ਹਿਸਾਬ ਨਹੀਂ, ਤਾਂ ਮਾੜੇ ਕੋਲੋਂ ਕੋਈ ਨਹੀਂ ਧੋਣ ਉਹਨੇ, ਮੈਂ ਇਸ ਤਰ੍ਹਾਂ ਹੰਡੀ ਰੋਟੀ ਕਰਨ ਲੱਗੀ ਹਾਂ। ਚੱਲ ਮੈਂ ਅੰਸ਼ਾ ਕੀ ਆਖਣਾ ਹਾਂ, ਅੰਸ਼ਾ ਪੁੱਤਰਾ ਇਹ ਮਿਗੀ ਕੱਪੜੇ ਧੋਈ ਤਾਂ ਦੇ ਛੁੜ, ਕੱਲ੍ਹ ਜੁੰਮਾ ਆ ਤਾਂ ਮੈਂ ਕਹਿ ਲਾ ਸਾਂ, ਹਾਂ ਬਚੀਏ ਮਿਗੀ ਕੱਪੜੇ ਧੋਈ ਤਾਂ ਦੇ, ਦਸ ਵਾਰ ਨਹੀਂ ਪਈਆਂ ਮਾੜੇ ਕੋਲੋਂ ਨਹੀਂ ਤੁਸਾਂ ਨੇ ਕੱਪੜੇ ਧੋਣ ਉਹਨੇ, ਤਾਂ ਨਾਲ ਮੈਂ ਨਾ ਤੁਸਾਂ ਨੇ ਕੱਪੜੇ ਧੋਣੇ ਕੀ ਆਲਾ, ਕਿ ਪਿਛਲੀ ਵਾਰੀ ਵੀ ਤੁਸਾਂ ਨੇ ਜੇਬੇ ਨੇ ਵਿੱਚ ਇਤਨੀ ਸਾਰੀ ਨਸਵਾਰ ਡੁੱਲੀ ਹੋਈ ਸੀ, ਤਾਂ ਤਰੱਕਾ ਨਾ ਸਾਸੋਂ ਨਾ ਜੇਬਾ,
ਤਾਂ ਮੈਂ ਉਲਟੀ ਆਈ ਠੀ ਸੀ ਇਹ ਨਸਵਾਰ ਖਾਈ 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 ਤੁਸੀਂ ਜੇਬ ਆਪਣਾ ਤਰਕਾਇਆ ਨਾ ਹੋਣਾ ਅੱਧੀ ਤੁਸਾਂ ਨੇ ਜੇਬ ਨਸਵਾਰ ਡੋਲੀ ਨਹੀਂ ਅੱਧੀਆਂ ਤੁਹਾਨੂੰ ਥੁੱਕਰਾਂ ਉੱਪਰ ਪਈਆਂ ਨਹੀਂ ਹੋਣੀਆਂ ਕਾਲਰ ਤੁਸਾਂ ਨੇ ਮੈਲੂ ਨਾਲ ਭਰੇ ਹੋਣੇ ਪੇਂਚੇ ਤੁਸੀਂ ਪੈਰਾਂ ਨੇ ਥੱਲੇ ਘਸੀਟੀ 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 ਸਾਰੇ ਤੁਸੀਂ ਪੇਂਚੇ ਖਰਾਬ ਕੀਤੇ ਨੇ ਹੋਣੇ ਫਿਰ ਜਿਹੜਾ ਅਸੀਂ ਧੋਣੀਆਂ ਹੀ ਆ ਤਾਂ ਤੁਸੀਂ ਰਹੋ ਕੁੜੀਆਂ ਸਹੀ ਕੱਪੜੇ ਨਹੀਂ ਧੋਣੀਆਂ ਫਿਰ ਜਿਹੜਾ ਸਾਡੇ ਖਸਮ ਮਛਨੇ ਤਾਂ ਉਹਨਾਂ ਕੀ ਆਉਂਦੇ ਹੋ ਹਾਏ ਮਾੜੇ ਕੱਪੜੇ ਜਿੱਦਾਂ ਨਾਲ ਨਹੀਂ ਸਹੀ ਧੋਣੀਆਂ ਮੈਲ ਹੀ ਕੋਈ ਨਹੀਂ ਕਰਨੀਆਂ ਅੱਧੇ ਕੱਪੜੇ ਇਦਾਂ ਦੀ ਤੁਸੀਂ ਕੱਪੜੇ ਮੈਲ ਹੋਣੇ ਕੱਢਣਾ ਦਿਮਾਗ ਖਰਾਬ ਆ ਸਾਰੀ ਦਿਹਾੜੀ ਉਸਕੀ ਰਗੜੀ 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 ਥੱਕੀ ਜਾਂਦੀਆਂ ਬੁਰਸ਼ ਮਾਰੀ ਮਾਰੀ ਅਸਾਂ ਨੇ ਹੱਥ ਹੀ ਤਬਾਹ ਹੋਈਏ ਮਾੜੇ ਤਾਂ ਹੱਥਾਂ 'ਚ ਛਾਲਾ ਪਈ ਜਾਂ ਬੁਰਸ਼ ਮਾਰੀ ਮਾਰੀ ਮੈਲੂ ਨਾਲ ਕਾਲਰ ਵੀ ਭਰੇ ਨੇ ਉਹਨੇ ਤਾਂ ਮੈਲੂ ਨਾਲ ਪੇਂਚੇ ਵੀ ਭਰੇ ਨੇ ਉਹਨੇ ਇਹ ਇਤਨੀਆਂ ਕੜਾ ਸਾਲੋ ਇੰਨੀਆਂ ਬਣੀਆਂ ਗਈਆਂ ਮਾੜੇ ਕੋਲ ਨੇ ਤੁਹਾਨੂੰ ਨੇ ਆਪੇ ਧੋਈ ਕਿ ਨਹੀਂ ਆਖਰੋ ਅਸਾਂ ਕਿ ਨਾ ਆਖਿਆ ਕਰੋ ਅਜ਼ਾਬ ਪਈ ਆ ਸਾਡੇ ਸਿਰਾਂ ਦੇ ਉੱਪਰ ਸੱਸ ਮਰੀ ਗਈ ਸੀ ਇਹ ਸ਼ਿਕਾਇਤ ਸਾਡੇ ਸਿਰਾਂ ਪਰ ਛੋੜੀ ਗਈ ਸੀ ਹਾਏ ਭਾਈ ਕੀ ਹਾਲ ਨੇ ਠੀਕ ਹੀ ਹੋ ਨਾ ਬਾਜੀ ਨੇ ਮਰਨੇ ਤੋਂ ਬਾਅਦ ਮੈਂ ਇਧਰ ਅੱਛੇ ਨਹੀਂ ਹੋਇਆ ਮੈਂ ਦਿਲ ਹੀ ਨਹੀਂ ਕੀਤਾ ਇਧਰ ਅਸ਼ਨੀ ਨੂੰ ਕਸਮੇ ਬਾਜੀ ਨਾਲ ਇਸ ਘਰਾਂ ਵਿੱਚ ਰੌਣਕਾਂ ਸਨ ਬੜੀਆਂ ਰੌਣਕਾਂ ਸਨ ਇਹ ਤੱਕੋ ਨਾ ਸਾਰਾ ਕੁਝ ਬਣਾਈ ਤਨਾਈ ਤਾਂ ਜਿਹੜਾ ਖਾਣੇ ਨਾਲ ਟੇਮ ਆਇਆ ਤਾਂ ਉਸਲਾ ਮਰੀ ਗਈ ਹੈਂ ਆਨੀ ਸੀ ਨੂੰਹਾਂ ਕੋਲ ਸਮਾਨ ਨਾ ਕਿੰਨੀ ਮਾੜਾ ਆਪਣਾ ਸਮਾਨ ਹੀ ਜ਼ੋਰ ਹੈ ਇਹ ਅਲਮਾਰੀਆਂ ਬਣਾਈਆਂ ਬਕਸੇ ਬਣਾਏ ਪੇਟੀਆਂ ਬਣਾਈਆਂ ਫਰਿੱਜ ਕਿੰਦੇ ਹਰ ਸ਼ੈ ਬਿਸਤਰਾ ਕੇਸ਼ ਰਜ਼ਾਈਆਂ ਤਲਾਈਆਂ ਹਰ ਸ਼ੈ ਜਨਾਨੀ ਬਣਾਈਆਂ ਹੈ ਤਾਂ ਜਿਸਲਾ ਖਾਣੇ ਨਹੀਂ ਵਾਰੀ ਆਈ ਤਾਂ ਸਾਨੂੰ ਭੈਣ ਟੁਰੀ ਸੀ ਅੱਲਾ ਜਨਨ ਨਸੀਬ ਕਰਿਆ ਹੋਰ ਸੁਣਾਓ ਨੂੰਹਾਂ ਚੰਗੀਆਂ ਨਹੀਂ ਹੈ ਨਾ ਪੁਛਣੀਆਂ ਪਾਲੀਆਂ ਨਹੀਂ ਗੇ ਉੱਥੇ ਨੂੰਹਾਂ ਚੰਗੀਆਂ ਨੂੰ ਨੂੰਹਾਂ ਤਾਂ ਬਣਾਈ ਬਣਾਈ ਤਾਂ ਮਾਰਨੀਆਂ ਜੁੱਤੇ ਨੂੰਹਾਂ ਤਾਂ ਹੋਸ਼ ਨਹੀਂ ਅੱਛਣ ਦੇਣੀਆਂ ਹੈ ਨਾ ਕੁੜੀਆਂ ਰੋਟੀ ਪਕਾਈ ਦੇਣੀਆਂ ਸਵਾਦਾਂ ਨਹੀਂ ਨਾ ਕੋਈ ਕੱਪੜਾ ਧੋਈ ਤਾਂ ਦੇਣੀਆਂ ਨਾ ਕੋਈ ਹੋਰ ਕੰਮ ਕਰੀ ਤਾਂ ਦੇਣੀਆਂ ਮਾੜਾ ਤਾਂ ਬਹੁ ਬੁਰੀ ਹਾਲਤ ਜਾਂ ਇਸੇ ਤਰ੍ਹਾਂ ਮਰੀ ਜਾਸਾਂ ਭੈਣ ਤੁਸਾਂ ਨਹੀਂ ਮਰੀ ਸੀ ਮੀਂਹ ਘੱਲੀਆਂ ਕਰੀ ਸੀ ਕੁਛ ਅਸੀਂ ਇਹੀ ਆਖਿਆ ਸੱਸ ਕਦੇ ਨਾ ਮਰਿਆ ਜਿਸਲਾ ਵੀ ਮਰਿਆ ਸੋਹਰਾ ਮਰਿਆ ਕਿਵੇਂ ਕਿ ਜਨਾਨੀ ਨੇ ਮਰਨੇ ਤੋਂ ਬਾਅਦ ਕੋਈ ਹਾਲਤ ਨਹੀਂ ਰਹਿਣੀ ਨੂੰਹਾਂ ਕੋਈ ਨਹੀਂ ਪੁੱਛਣੀਆਂ ਬੜੇ ਰੋਲੇ ਨਹੀਂ ਬੜੇ ਰੋਲੇ ਨਹੀਂ ਮੈਂ ਵੀ ਮਰੀ ਜਾਂ ਤਾਂ ਚੰਗੀ ਗੱਲ ਹੈ ਪਤਾ ਨਹੀਂ ਕਿਹੜੇ ਅਜ਼ਾਬ ਆਸਤਾ ਇੱਥਾ ਮੈਂ ਰਹੀ ਹਾਂ ਮੈਨੂੰ ਕੋਈ ਸਮਝ ਨਹੀਂ ਕੁਛ ਨਹੀਂ ਹਾਏ ਭਾਈ ਇਹ ਤਾਂ ਬੜੇ ਦੁੱਖੇ ਵਾਲੀ ਗੱਲ ਆ ਫਿਰ ਇਹ ਤਾਂ ਇਹਨਾਂ ਕੁੜੀਆਂ ਕੀ ਪੁੱਛਣਾ ਚਾਹੀਦਾ ਨਾ ਇਹ ਕੁੜੀਆਂ ਤਾਂ ਆਨੀਆਂ ਸਨ ਜਿਹੜਾ ਸੱਸ ਮਰੀ ਸੀ ਆਨੀਆਂ ਸਨ ਇਸਕੀ ਅਸਾਂ ਪਿਓ ਬਣਾਈ ਤਾਂ ਰੱਖਸਾਂ ਇਸਕੀ ਅਸਾਂ ਪੁੱਛਸਾਂ ਇਸੀ ਅਸਾਂ ਭਾਲਸਾਂ ਤਾਂ ਇਹ ਜਨਾਨੀਆਂ ਕਿਵੇਂ ਨਹੀਂ ਪੁੱਛਣੀਆਂ ਇਸੇ ਮਾਰੀ ਆਖਿਆ ਸਾ ਇੱਕ ਕਰੋ ਦੋ ਭੈਣਾਂ ਨਾ ਕਰੋ ਹੈਂ ਤੁਸਾਂ ਨਾ ਸਭ ਬੁੱਝਣੇ ਨਹੀਂ ਨਹੀਂ ਇਹ ਕਿਆ ਕਰੂ ਦੋਏ ਭੈਣਾਂ ਕਰਸਾਂ ਅੱਜ ਕਿਤਨੀਆਂ ਨਹੀਂ ਨਾ ਅੱਜ ਇੱਕ ਵੀ ਜੁੱਤੀਆਂ ਮਾਰਨੀ ਦੂਈ ਵੀ ਜੁੱਤੀਆਂ ਮਾਰਨੀ ਲੋਕਾਂ ਨੇ ਉਹਨੇ ਇੱਕ ਕਿਆ ਕਰੂ ਨਾ ਕਰੋ ਬੱਖੂ ਬੱਖੂ ਕਰੋ ਇੱਕ ਹੀ ਅਹਿਸਾਸ ਹੋਈ ਚਲੋ ਦੂਈ ਕਿਦਾ ਉਸੀ ਨਾ ਹੈਂ ਇੱਥੇ ਇੱਕ ਦੁਸ਼ਮਣ ਬਣੀ ਦੂਈ ਆਟੋਮੈਟਿਕ ਦੁਸ਼ਮਣ ਬਣੀ ਜਾਣੀ ਤੁਸਾਂ ਐਵੇਂ ਆਪਣੇ ਵਾਸਤੇ ਆਪੇ ਜ਼ੁਲਮ ਕਰੀ ਛੜਿਆ ਆਪਣੇ ਸਿਰਾਂ ਪਰ ਤੁਸਾਂ ਆਪੇ ਅੱਗ ਬਾਲੀ ਛੜੀ ਤੁਸਾਂ ਕੀ ਕਿਹੜੀ ਜ਼ਰੂਰਤ ਸੀ ਕਿਹੜੀ ਜ਼ਰੂਰਤ ਸੀ ਇੱਕ ਕਰੂ ਦੋ ਕਰਨੇ ਨਹੀਂ ਇਹ ਜਨਾਨੀ ਜਿਹੜੀ ਦੂਈ ਹੈ ਨਿੱਕੀ ਉਹ ਤਾਂ ਮੇਰੀ ਲਗਨੀ ਤਰੀਖੀ ਜੀ ਮੈਂ ਅੰਦਰ ਬੜੀਆਂ ਤਾਂ ਅੰਨਾ ਕਰਤਾ ਮੂੰਹ ਬਣਾਇਆ ਮੈਂ ਆਇਆ ਚਾਲੀ ਰੱਖਣਾ ਸਮਾਨਿਆਂ ਪਰ ਨਾਸਾਂ ਖੋਤੇ ਦੀ ਦੁਮ ਭਾਰਾ ਅਸੀਂ ਤਾਂ ਆਪਣਾ ਹੀ ਪੁਛਲ ਕੱਚ ਸੀ ਕੋਦੂ ਵੇ ਨਾ ਤਾਂ ਨਹੀਂ ਕੱਜਲਾ ਮੈਂ ਖਾ ਕਸਮਾ ਕਿ ਮੈਂ ਗਿਆ ਮੀਗੀ ਏਡੀ ਤੁਸਾਂ ਨੇ ਕੜੀ ਪਰਵਾਹ ਜਾਂ ਬੜੀ ਤੁਸਾਂ ਨੇ ਭਾਰੀ ਆ ਨਾ ਹਾਏ ਜਨਾਨੀ ਵੀ ਤਾਂ ਕਿ ਨਾਸਾਂ ਸਮਾਨ ਨਾ ਲਾਈ ਕੀ ਦੀਆਂ ਤਾਂ ਤੁਸੀਂ ਕਿਹਾ ਚੀਨੀ ਪੱਠੀਆਂ ਪੜਾਉਣੇ ਪਿਆ ਤੁਸਾਂ ਦਾ ਦਿਮਾਗ ਤਾਂ ਸਹੀ ਹੈ ਇਹ ਜੇ ਅਸਾਂ ਨਾ ਪੁਛਣੀਆਂ ਤਾਂ ਜੇ ਅਸਾਂ ਦੁਸ਼ਮਣ ਬਣੀਆਂ ਨਹੀਂ ਤੁਸੀਂ ਅੱਛੀ ਪੁੱਛੀ ਕਿ ਨਾ ਕਰੋ ਨਾ ਤੁਸਾਂ ਨਾ ਵੀ ਤਾਂ ਆਪਣੀ ਯਾ ਸਿਆ ਨਾ ਤੁਸਾਂ ਨਾ ਵੀ ਤਾਂ ਇਸ ਨਾਲ ਕੋਈ ਰਿਸ਼ਤਾ ਸਿਆ ਨਾ ਤਾਂ ਅੱਗੋਂ ਹੋਰ ਰਿਸ਼ਤਾ ਗਾੜਾ ਕਰੀ ਕਿਨੋ ਜਾ ਜਦੋਂ ਪਤਾ ਸੀ ਕਿ ਭੈਣ ਮੇਰੀ ਤੇ ਅਸੀਂ ਨੂੰਹਾਂ ਨਹੀਂ ਪੁੱਛਣ ਲੱਗੀਆਂ ਤਾਂ ਫਿਰ ਤੁਸੀਂ ਇਸ ਨਾਲ ਕੋਈ ਕਰੀ ਕਿਨੋ ਗਿਆ ਨਾ ਕੋਈ ਸਿੱਟੀ ਮਿੱਟੀ ਚਲਾਈ ਕਿਨੋ ਗਿਆ ਉਹਾਂ ਭੈਣ ਮਰਨੀ ਸੀ ਤਾਂ 6-6 ਮਹੀਨੇ 7-7 ਮਹੀਨੇ ਇੱਥੇ ਰਹੀ ਤਾਂ ਜਾਣੇ ਸੋ ਜਿਲਾ ਭੈਣ ਨੂੰ ਨਾ ਛਿਲਾ ਹੋਣਾ ਸਾ ਉਸਰਾ ਤੁਸੀਂ ਇੱਥੇ ਰਹੀ ਤਾਂ ਜਾਣੀਆਂ ਹੋਣੀਆਂ ਸੀ 6-6-7 ਮਹੀਨੇ ਇਸ ਪਨੀ ਜਨੇ ਕੰਧਾੜਿਆ ਪਰ ਮੁਸੋ ਲੈਣੀ ਹੋਣੀਆਂ ਮੋਟਰਸਾਈਕਲਾਂ ਪਰ ਚੜੀ ਤੱਕ ਦੇ ਇੱਧਰ ਤੱਕ ਦੇ ਇੱਧਰ ਸਾਰੇ ਤੁਸੀਂ ਨੇ ਫਲਸਫੇ ਪਤਾ ਤਾਂ ਜਿਲਾ ਭੈਣ ਮਰੀ ਗਈ ਸੀ ਤਾਂ ਉਸਲਾ ਵੀ ਅੱਛੀ ਬੋਈ ਆਸ ਨਾ ਖੋਲ ਉਸਲਾ ਵੀ ਅੱਛੀ ਰੋਟੀ ਪਕਾਈ ਦਿਓ ਜਾਂ ਸਾਰਾ ਕੁਝ ਕਰੀ ਦਿਓ ਜਾਂ ਪਤਾ ਲੱਗਾ ਜਾਂ ਕੁਸਾਂ ਨੇ ਆਪਣੀ ਗਿਆ ਸਾ ਉਸਲਾ ਇੱਧਰ ਨਾ ਆਈਆਂ ਜਿੱਧਰ ਭੈਣ ਜੀ ਨਹੀਂ ਸੀ ਉੱਧਰ ਖਾਣੇ ਸਲਾ ਬਣਾ ਦੇ ਜੇ ਹੁਣ ਪਤਾ ਨੂੰਹਾਂ ਸੁਣੀਆਂ ਆਈਆਂ ਤਾਂ ਹੁਣ ਸਾਬਾ ਲੱਭ ਸੀ ਤਾਂ ਇੱਧਰ ਨਾ ਆਸ਼ੀਆਂ
ਅਸਾਂ ਵੀ ਤੁਹਾਨੂੰ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਹੁਣ ਹੈਲਾ ਕਿਤਨੇ ਤੁਸੀਂ ਪਾਣੀਆਂ ਵਿੱਚੋਂ ਜੇ ਤੁਸਾਂ ਕਿ ਇਤਨਾ ਮਸਲਾ ਹੈ ਨਾ ਹਲੇ ਵੀ ਆ ਬੈਠੇ ਨੇ ਨੀਗੇ ਚੁੱਕੋ ਤਾਂ ਘਰ ਕੀ ਨਹੀਂ ਜਾਓ ਨਾ ਕੋਈ ਮਸਲਾ ਨਹੀਂ ਅਸਾਂ ਕੀ ਬਕਵਾਸ ਨਾ ਕਰ ਗੁਰੂ ਜੀ ਮੈਂ ਤਾਂ ਸਿਰਾਂ ਦੇ ਵਿੱਚ ਜੁੱਤੀਆਂ ਮਾਰਾਂ ਐਵੇਂ ਲੱਗੀ ਹੈ ਮਾੜੇ ਕੋਲ ਥੁੱਲ ਬਣਾਉਣ ਆਖਨੀ ਆ ਗਲਤ ਤਾਂ ਆਖਨੀ ਅਗਰ ਤੁਸਾਂ ਕਿ ਬਹੁਤ ਜ਼ਿਆਦਾ ਇਹਨਾਂ ਤੁਹਾਡੀ ਮਸਲਾ ਆ ਨਾ ਤਾਂ ਰੱਖੀ ਕੀ ਨਾ ਪਨੀਆ ਜਹਾਜ਼ਿਆਂ ਨੂੰ ਭੈਣ ਮਰੀ ਸੀ ਇਹਨਾਂ ਨਿਕਾਹ ਕਰੀ ਕਿ ਨਾ ਜਾਂ ਪਤਾ ਸੀ ਇਹਨਾਂ ਨੂੰ ਨਹੀਂ ਪੁੱਛ ਲੱਗੀਆਂ ਤਾਂ ਨਿਕਾਹ ਕਰੀ ਕਿ ਨਾ ਅਲੇ ਵੀ ਕਟਾ ਪਰ ਬੈਠਾਂਗੇ ਨਿਕਾਹ ਕਰੀ ਕਿ ਨਾ ਉਹ ਬਰਛੀ ਖਾਣਾਂਗੇ ਪਕਾਈ ਦੇ ਛੁੜਿਆ ਕਰੋ ਅਸਾਂ ਕਿ ਤਾਂ ਕੋਈ ਮਸਲਾ ਨਹੀਂ ਅਸਾਂ ਪਾਸੋਂ ਭਾਵੇਂ ਅੱਜ ਰੱਖੋ ਭਾਵੇਂ ਕੱਲ੍ਹ ਰੱਖੋ ਤਾਂ ਭਾਵੇਂ ਮੰਜੀ ਸਨੇ ਚਾਹੀ ਕੀ ਨਹੀਂ ਜੋ ਅਸਾਂ ਕਿ ਤਾਂ ਵੈਸੇ ਵੀ ਇਹ ਪੂੰਡਲ ਜਿਹੜਾ ਆ ਨਾ ਬੁੱਢਾ ਚੰਗਾ ਹੀ ਲੱਗਦਾ ਇਹ ਨਿੱਕੀ ਨਿੱਕੀ ਗੱਲਾਂ ਨਹੀਂ ਪੂੰਦ ਕਰਨਾ ਨਿੱਕੀ ਨਿੱਕੀ ਗੱਲਾਂ ਨਹੀਂ ਪੂੰਦ ਕਰਨਾ ਤਾਂ ਜਿੱਦਾਂ ਕਰਨਾ ਇਹ ਤਾਂ ਸੱਸੂ ਨਾਲ ਵੀ ਜ਼ਿਆਦਾ ਭੈੜਾ ਆ ਸੱਸ ਫਿਰ ਕੋਈ ਚੰਗੀ ਬਹਿ ਕੇ ਕੋਈ ਸਾਸ ਕਰੇਗਾ ਇਹ ਤਾਂ ਸੱਸੂ ਨਾਲ ਵੀ ਭੈੜਾ ਆ।